अज जिले के पिंड सधाणा तो नौजवान आगू लखा सिंह सधाणा की अगवाई हेठ दिल्ली चल रहे किसान अंदोलन होर मजबूत करने लई नौजवानों समेत बजुर्ग अते किसान बीबिया का एक वड्डा काफिला बसा राही रवाना होया अते काफिले की रवानगी गुरु घर विखे अरदास करके की गई। पत्रकारों नूं जानकारी देंदिया लखा सधाणा ने दस्या कि दिल्ली संघर्ष नूं मजबूत करन लई पंजाब दे पिंडां विचों हफ्तावारी किसान वड्डे काफलियां दे रूप विच जा रहे हन अते उन्हां कहा कि जो पंजाब दे किसान इस अंदोलन नाल जुड़े रहन। इसे कड़ी तहत अज पिंड सधाणा अते होर वख-वख पिंडां तों हज़ारां की गिणती विच किसान रवाना होए। उन्हां अगे दस्या कि दिल्ली बार्डरां ते असीं जिन्ना चिर वड्डा इकट्ठ करांगे ਇਹ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ, ਜਿਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਲਈ ਅੱਜ ਇਹ ਪਿੰਡ ਸਧਾਣਾ ਤੋਂ 22 ਦੇ ਕਰੀਬ ਬੱਸਾਂ ਅਤੇ ਵੱਡੀ ਗਿਣਤੀ ਵਿੱਚ ਕਾਰਾਂ ਗੱਡੀਆਂ ਰਾਹੀਂ ਕਾਫਲਾ ਰਵਾਨਾ ਕੀਤਾ ਗਿਆ। ਲੱਖਾ ਸਧਾਣਾ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਹਰ ਬੰਦੇ ਦਾ ਯੋਗਦਾਨ ਰਿਹਾ ਹੈ, ਚਾਹੇ ਉਹ ਗਾਇਕ, ਫਿਲਮੀ ਕਲਾਕਾਰ, ਮੁਲਾਜ਼ਮ ਵਰਗ ਜਾਂ ਕੋਈ ਹੋਰ ਸਿਆਸੀ। हर एक आपो अपने तरीके नाल संघर्ष विच बनता योगदान पाया रहा है। लखा सधाणा ने कहा कि किसानी संघर्ष नाल जुड़े हर वर्ग नूं अपील की कि समा घर विच टिके बैठण दा नहीं। मंडियां विच बारदाने तो बिना किसानां दी फसल रुल रही है अते इन्हां ने साडे झोने की फसल भी नहीं खरीदनी। जेकर यही हाल रहा तां असीं पूंजीपतियां नूं आप अपनी जमीनां बेचण लई तैयार हो जावांगे। लखे सधाणा ने कहा कि सरकार कोरोना का बहाना बना के साढ़े बच्चे आपसी फुट पा के अंदोलन खत्म करने दोजियाँ चाल चल रही है, जिसन सू सचेत रहने की लड़ है। लखा सधाणा ने कहा कि मेरे लिए अहम गल दिल्ली मोर्चा है, इस तो अलावा होर कुछ नहीं। ब्यूरो रिपोर्ट मखण सिंह बुटर, LBS न्यूज बठिंडा। ਬਈ ਇਹ ਸੋਚਿਆ ਵੀ ਹਫ਼ਤੇ ਦਸ ਦਿਨਾਂ ਬਾਅਦ ਇੱਕ ਜੱਥਾ ਜਿਹੜਾ ਉਹ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਤੋਰਿਆ ਕਰਕੇ ਤਾਂ ਕਿ ਦੁਬਾਰੇ ਜਿਹੜੀ ਉਹ ਇੱਕ ਵਾਰੀ ਟੁੱਟ ਗਈ ਸੀ ਨਾ ਲਿਵ ਜੀ ਲੋਕਾਂ ਦੇ ਮੋਰਚੇ ਦੇ ਨਾਲ, ਉਹ ਦੁਬਾਰਾ ਜੁੜੇ, ਦੁਬਾਰਾ ਉਹ ਮਾਹੌਲ ਬਣੇ। ਦੇਖੋ ਜਿੰਨਾ ਵੱਡਾ ਇਕੱਠ ਅਸੀਂ ਕਰ ਜਾਵਾਂਗੇ ਹੱਦਾਂ ਦੇ ਉੱਤੇ, ਬਾਰਡਰਾਂ ਦੇ ਉੱਤੇ, ਉੱਡਾ ਹੀ ਸਰਕਾਰ 'ਤੇ ਦਬਾਅ ਵੱਢਣਾ ਅਤੇ ਉਹਨੇ ਸਾਡੀ ਜਿਹੜੀ ਗੱਲਬਾਤ ਲਗਾਤਾਰ ਟੁੱਟੀ ਹੋਈ ਹੈ। ਕਈ ਮਹੀਨਿਆਂ ਤੋਂ ਲੈ ਕੇ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਸਾਡੀ ਤੋਂ, ਗੱਲ ਤਾਂ ਹੀ ਅਸੀਂ ਸੁਣਾ ਸਕਦੇ ਜਿੱਡਾ ਵੱਡਾ ਇਕੱਠ, ਜਿੱਡਾ ਵੱਡਾ ਦਬਾਅ ਹੈ ਸਰਕਾਰ 'ਤੇ ਪਾਈ। ਇਸ ਕਰਕੇ ਅੱਜ ਅਸੀਂ 22 ਦੇ ਕਰੀਬ ਬੱਸਾਂ ਨੇ ਅਤੇ ਗੱਡੀਆਂ ਨੇ ਇੱਥੋਂ ਇਹ ਜਥਾ ਮੇਰੇ ਪਿੰਡ ਤੋਂ ਸਧਾਣ ਜ਼ਿਲ੍ਹੇ ਬਠਿੰਡੇ ਤੋਂ ਹੀ ਤੋਂ ਬਈ 5-6 ਮਹੀਨੇ ਹੋ ਚੱਲੇ ਦਿੱਲੀ ਮੋਰਚਾ ਲੱਗੇ, ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਰੈਲੀਆਂ ਕਰਦੀਆਂ ਨੇ, ਸਰਕਾਰ ਨਾਲ ਗੱਲਬਾਤ ਟੁੱਟ ਗਈ ਆ ਕਾਫੀ ਸਮੇਂ ਤੋਂ, ਗੱਲਬਾਤ ਤੋੜਨ ਵੱਲ ਕੋਈ ਨਹੀਂ ਤੁਰ ਰਿਹਾ ਹੈਗਾ, ਰੈਲੀਆਂ ਤੋੜ ਕਰ ਰਹੇ ਨੇ। ਬਿਆਨ ਵੀ ਗਰਮ ਕਰ, ਜਿਹੜਾ ਥੋਡੇ 'ਤੇ ਦੋਸ਼ ਲੱਗਦੇ ਜਾਂ ਦੀਪ ਸਿੱਧੂ ਦੇ ਦੋਸ਼ ਲੱਗਦੇ ਵੀ ਗਰਮ ਬਿਆਨ ਦਿੱਤੇ ਇਹਨਾਂ ਨੇ, ਅਤੇ ਤਾਂ ਜਿਹੜੀ ਨੌਜਵਾਨੀਆਂ ਭੜਕੀ ਅੱਜ ਉਹ ਗਰਮ ਬਿਆਨ ਦੇ ਰਿਹਾ ਉੱਥੇ ਬੈਠੇ ਕੀ ਕਹਿਣਾ। ਦੇਖੋ ਜਿਹੜੀ ਤਾਂ ਗੱਲ ਮੇਰੀ ਜਾਂ ਦੀਪ ਦੀ ਆ, ਉਹ ਤਾਂ ਮੈਂ ਕਿਸੇ ਵੀ ਚੈਨਲ 'ਤੇ ਕੋਈ ਗੱਲ, ਮੈਂ ਪਹਿਲੇ ਕਹਿ ਚੁੱਕੀ ਕਿ ਮੈਂ ਇਸ ਤਰ੍ਹਾਂ ਦਾ ਕੋਈ, ਤੁਹਾਨੂੰ ਵੀ ਗੁਜ਼ਾਰਿਸ਼ ਕਰਦਾ ਕੋਈ ਇਸ ਤਰ੍ਹਾਂ ਦਾ ਸਵਾਲ ਨਾ ਕੀਤਾ ਜਾਵੇ ਜਿਹਦੇ ਨਾਲ ਕਿਤੇ ਮੋਰਚੇ ਨੂੰ ਸੱਟ ਲੱਗਦੀ ਹੈ ਅਤੇ ਸਰਕਾਰ ਨੂੰ ਮੌਕਾ ਮਿਲੇ। ਅਤੇ ਰਹੀ ਗੱਲ ਜਿਹੜੀ ਪੰਜਾਬ 'ਚ ਰੈਲੀਆਂ ਕਰਨ ਦੀ, ਤਾਂ ਮੈਂ ਪਹਿਲਾਂ ਵੀ ਇੱਕ ਵਾਰੀ ਬੋਲਿਆ ਕਿ ਸਾਨੂੰ ਹੁਣ ਪੰਜਾਬ 'ਚ ਰੈਲੀਆਂ ਕਰਨ ਦੀ ਲੋੜ, ਸਾਨੂੰ ਦਿੱਲੀ ਵੱਲ ਕੂਚ ਕਰਨ ਦੀ ਲੋੜ। ਸਮਾਂ ਵਾਢੀ ਦਾ ਜਿਹੜਾ ਉਹ ਖਤਮ ਹੋ ਗਿਆ, ਹੁਣ ਲੋਕ ਨੇ ਜਿਹੜੇ ਵਿਹਲੇ